ਦਸੂਹਾ ਦੇ ਰੇਲਵੇ ਸਟੇਸ਼ਨ ਦੇ ਉੱਤੇ ਕਿਸੇ ਵਿਅਕਤੀ ਨੇ ਬੱਚੇ ਨੂੰ ਟੌਫੀ ਦੇ ਵਿੱਚ ਕੁਝ ਨਸ਼ੀਲਾ ਪਦਾਰਥ ਦਿੱਤਾ ਜਿਸ ਕਾਰਨ ਬੱਚਾ ਕੁਝ ਸਮੇਂ ਲਈ ਆਪਣੀ ਯਾਦਦਾਸ਼ਤ ਭੁੱਲ ਗਿਆ ਅਤੇ ਲਵਾਰ ਸਾਲਤ ਵਿੱਚ ਮਨਜੋਤ ਸਿੰਘ ਤਲਵੰਡੀ ਨੂੰ ਮਿਲਿਆ ਜੋ ਕਿ ਮੁੱਖ ਸੇਵਾਦਾਰ ਹਨ ਬਾਬਾ ਦੀਪ ਸਿੰਘ ਸੇਵਾ ਦਲ ਐਂਡ ਵੈਲਫੇਅਰ ਸੁਸਾਇਟੀ ਗਰਦੀਵਾਲ ਦੇ। ਉਹਨਾਂ ਲਾਪਤਾ ਬੱਚੇ ਨੂੰ ਮੁੜ ਪਰਿਵਾਰ ਨਾਲ ਮਿਲਾਇਆ ਹੈ। ਇਸ ਸੰਬੰਧੀ ਸੁਸਾਇਟੀ ਦੇ ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ ਨੇ ਦੱਸਿਆ ਕਿ ਇਹ ਬੱਚਾ ਕੱਲ੍ਹ ਪਿੰਡ ਭਾਨੇ ਲਾਗੇ ਤੋਂ ਲਵਾਰ ਸਾਲਤ ਵਿੱਚ ਮਿਲਿਆ ਸੀ ਤੋ ਆਪਣੇ ਬਾਰੇ ਕੁਝ ਵੀ ਨਹੀਂ ਸੀ ਦੱਸ ਰਿਹਾ ਅਤੇ ਉਹਨਾਂ ਸੋਸ਼ਲ ਮੀਡੀਆ 'ਤੇ ਵੀ ਇਸ ਬੱਚੇ ਦੀ ਵੀਡੀਓ ਬਣਾ ਕੇ ਸੰਸਥਾ ਵੱਲੋਂ ਪਾਈ ਸੀ। ਬੱਚੇ ਨੂੰ ਕੋਈ ਨਸ਼ੀਲੀ ਚੀਜ਼ ਦੇ ਨਾਲ ਬੱਚਾ ਆਪਣੇ ਬਾਰੇ ਸਭ ਕੁਝ ਭੁੱਲ ਚੁੱਕਾ ਸੀ ਅਤੇ ਅੱਜ ਸਵੇਰੇ ਜਦੋਂ ਬੱਚੇ ਦੀ ਨਸ਼ੀਲੀ ਦਵਾਈ ਦਾ ਅਸਰ ਖਤਮ ਹੋਇਆ ਤਾਂ ਬੱਚੇ ਨੇ ਦੱਸਿਆ ਕਿ ਉਹ ਆਪਣੇ ਮਾਮਿਆਂ ਦੇ ਪਠਾਨਕੋਟ ਤੋਂ ਵਾਪਸ ਆਪਣੇ ਪਿੰਡ ਫਰੀਦਕੋਟ ਜਾ ਰਿਹਾ ਸੀ ਤਾਂ ਦਸੂਹੇ ਰੇਲਵੇ ਸਟੇਸ਼ਨ ਦੇ ਉੱਤੇ ਕਿਸੇ ਵਿਅਕਤੀ ਨੇ ਉਸ ਨੂੰ ਦਿੱਤੀ ਟੌਫੀ ਦੇ ਵਿੱਚ ਕੋਈ ਨਸ਼ੀਲੀ ਦਵਾਈ ਖਾਣ ਨੂੰ ਦੇ ਦਿੱਤੀ ਅਤੇ ਜਿਸ ਤੋਂ ਬਾਅਦ ਖਾਣ ਨਾਲ ਉਹ ਸਭ ਕੁਝ ਭੁੱਲ ਗਿਆ। ਫਿਰ ਪਰਿਵਾਰ ਨਾਲ ਸੰਪਰਕ ਕੀਤਾ ਗਿਆ ਅਤੇ ਉਸ ਦੇ ਪਿਤਾ ਅਤੇ ਮਾਤਾ ਅਤੇ MC ਫਰੀਦਕੋਟ ਬੱਚੇ ਨੂੰ ਲੈਣ ਲਈ ਪਹੁੰਚੇ ਅਤੇ ਸਹੀ ਸਲਾਮਤ ਬੱਚੇ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਕੱਲ ਇੱਕ ਬੱਚੇ ਦੀ ਅਸੀਂ ਇੱਕ ਲਾਈਵ ਹੋਈ ਸੀ, ਵੀਡੀਓ ਪਾਈ ਸੀ ਵੀ ਉਹ ਬੱਚਾ ਦੱਸ ਨਹੀਂ ਰਿਹਾ। ਸਾਨੂੰ ਲੱਗਦਾ ਸੀ ਵੀ ਉਹ ਘਰੋਂ ਲੜ ਕੇ ਆਇਆ ਤੋਂ ਦੱਸ ਨਹੀਂ ਰਿਹਾ। ਕਈ ਵਾਰ ਬੱਚੇ ਸਾਨੂੰ ਬਹੁਤ ਮਿਲਦੇ ਆ ਵੀ ਘਰੋਂ ਲੜਾਈ ਝਗੜਾ ਕਰਕੇ ਆ ਜਾਣਾ ਤੇ ਉਹ ਫਿਰ ਕੁੱਟਦੇ ਆ, ਮੈਨੂੰ ਘਰ ਜਾ ਕੇ ਝਿੜਕਾਂ ਪੈਣੀਆਂ ਕੁੱਟਣਾ ਤੇ ਉਹਨਾਂ ਨੇ ਬੋਲਣਾ ਕੁਛ ਨੀ। ਤੇ ਅੱਜ ਹੀ ਤਕਰੀਬਨ ਕੱਲ ਦਸੂਹੇ ਤੋਂ ਇਹ ਬੱਚਾ ਜਿਵੇਂ ਆਉਂਦਾ ਪਿਆ ਸੀਗਾ ਤੇ ਸਾਡੇ ਇਲਾਕੇ ਦੇ ਕੋਈ ਨੌਜਵਾਨਾਂ ਨੇ ਦੇਖਿਆ, ਹੱਥ ਦਿੱਤਾ ਤੇ ਉਹਨਾਂ ਨੇ ਇਹਨੂੰ ਪੁੱਛਿਆ ਕੌਣ ਆ ਤੇ ਇਹਨੇ ਸਹੀ ਜਿਹੜਾ ਆਪਣਾ ਐਡਰੈਸ ਨਾ ਦੱਸਦਾ ਨਾ ਨਾਂ ਸਹੀ ਦੱਸਿਆ ਤੇ ਫਿਰ ਉਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ, ਚਲੋ ਅਸੀਂ ਇੱਥੇ ਲਏ ਉਹ ਲੈ ਕੇ ਆ ਗਏ। ਨਹੀਂ ਤਾਂ ਕਈ ਵਾਰੀ ਇਹ ਬੱਚਾ ਕਿਤੇ ਗਲਤ ਹੱਥਾਂ 'ਚ ਆ ਜਾਂਦਾ, ਕੱਲ ਕੁਛ ਤਾਂ ਕੁਛ ਵਿਗੜ ਜਾਂਦਾ, ਫਿਰ ਬੰਦੇ ਦੇ ਹੱਥੋਂ ਜਿਹੜਾ ਉਹ ਟਾਈਮ ਉਹ ਪੁੱਜ ਜਾਂਦਾ ਬੰਦਾ। ਤੇ ਕੱਲ ਉਹ ਸਹੀ ਟਾਈਮ ਤੇ ਇੱਥੇ ਲੈ ਕੇ ਆਏ, ਫਿਰ ਵੀਡੀਓ ਪਾਈ ਤੇ ਕੱਲ ਦਾ ਤਕਰੀਬਨ ਸਾਨੂੰ ਕੁਛ ਨਹੀਂ ਸੀ ਪਤਾ ਵੀ ਕੌਣ ਆ ਕਿੱਥੇ ਦਾ ਰਹਿਣ ਵਾਲਾ। ਅੱਜ ਜਿਹੜੀ ਇਹਨੂੰ ਇਹ ਦੱਸਦੀ ਆ, ਬਾਕੀ ਇਹ ਭੈਣ ਦੱਸੂਗੀ ਕਿਉਂਕਿ ਇਹ ਸਫ਼ਰ ਕਰਕੇ ਆਪਣੇ ਮਾਮਿਆਂ ਦੇ ਆ ਰਹੇ ਸੀ, ਹੈ ਇਹ ਫਰੀਦਕੋਟ ਦੇ ਰਹਿਣ ਵਾਲੇ ਆ ਤੇ ਪਠਾਨਕੋਟ ਆਪਣੇ ਨਾਨਕਿਆਂ ਦੇ ਗਏ ਸੀ ਤੇ ਟ੍ਰੇਨ ਦੇ ਵਿੱਚੋਂ ਆ ਰਹੇ ਸੀ ਤੇ ਬਾਕੀ ਭੈਣ ਦੱਸੂਗੀ ਕਿ ਦੱਸਦੇ ਕੋਈ ਖਿਲਾਇਆ ਵੀ ਉਹ ਬੱਚਾ ਆਪ ਦੱਸਦਾ ਮੈਨੂੰ ਕਿਸੇ ਨੇ ਟੌਫੀ ਦਿੱਤੀ। ਭੈਣੇ ਕਿੱਥੋਂ ਆ ਰਹੇ ਸੀ ਤੁਸੀਂ? ਪਠਾਨਕੋਟ ਤੋਂ ਆ ਰਹੇ? ਅੱਛਾ ਜੀ, ਵਾਸ਼ਰੂਮ ਚ ਮੈਂ ਵੇਖਿਆ ਕਿ ਪਤਾ ਨੀ ਫਰੈਸ਼ ਹੋਣ ਲੱਗ ਪਿਆ ਬੱਚਾ ਤਾਂ ਕਾਫੀ ਚਿਰ ਹੋ ਗਿਆ, ਤਾਂ ਟ੍ਰੇਨ ਤੁਰਨ ਲੱਗ ਪਈ, ਟਾਂਡਾ ਵੀ ਨਿਕਲ ਗਿਆ। ਮੈਂ ਬੱਚੇ ਨੂੰ ਦੇਖ ਰਹੀ ਹਾਂ ਕਿ ਮੇਰਾ ਬੱਚਾ ਨਹੀਂ ਹੈ ਟ੍ਰੇਨ ਚ। ਫਿਰ ਮੈਂ ਭੋਗਪੁਰ ਉਤਰ ਗਈ, ਫਿਰ ਮੈਂ ਉੱਥੇ ਵਾਪਸ ਉਹੀ ਸਟੇਸ਼ਨ ਤੇ ਆਈ, ਬੇਟਾ ਅੱਗੇ ਨਜ਼ਰ ਨਹੀਂ ਆਇਆ। ਅੱਛਾ, ਫਿਰ ਤੁਸੀਂ ਵਾਪਸ ਹੋਏ ਆਏ? ਹੋਏ ਆਏ, ਫਿਰ ਬੱਸੇ ਆਏ? ਨਹੀਂ, ਅੱਛਾ ਟ੍ਰੇਨ ਹੀ ਫੜ ਲਈ। ਠੀਕ ਹੈ ਜੀ। ਫਿਰ ਮੈਨੂੰ ਸੁਬਾ ਤੁਹਾਡੇ ਵੱਲੋਂ ਟੀਮ ਤੋਂ ਫੋਨ ਆਇਆ ਕੋਈ, ਹਾਂਜੀ, ਉਹਨਾਂ ਨੇ ਦੱਸਿਆ ਕਿ ਤੁਸ਼ਾਰ ਨਾਂ ਦਾ ਲੜਕਾ ਸਾਡੇ ਕੋਲ, ਫਿਰ ਅਸੀਂ ਸੰਪਰਕ ਕਰ ਲਿਆ ਸਾਰਿਆਂ ਨੇ ਕਿ ਉੱਧਰੋਂ ਫੋਨ ਆਇਆ ਸਾਡੇ ਨਾਲ, ਸਾਡੇ ਭਰਾ ਵੀ ਆਏ ਹੋਏ ਨੇ, ਪਰਸ ਕਿਹੜਾ ਆਪਣਾ ਦਿੱਤਾ ਤੂੰ? ਉਹਦਾ ਠੀਕ ਗਿਆ ਤੂੰ? ਕੀ ਕੰਮ ਕਰਦੇ?
ਫਰੀਦਕੋਟ ਦੇ ਵਿੱਚ ਫਿਰੋਜ਼ਪੁਰ ਕਰਦੇ ਨੇ ਫਰੀਦਕੋਟ ਤੁਹਾਡਾ ਇੱਕੋ ਹੀ ਬੇਟਾ? ਹਾਂਜੀ ਇੱਕ ਬੇਟਾ ਇੱਕ ਬੇਟੀ। ਇਹ ਐਮ ਸੀ ਸਾਹਿਬ ਨਾਲ ਆਏ ਆ ਫਰੀਦਕੋਟ ਦੇ ਤੁਸੀਂ ਬਾਈ ਜੀ, ਫਿਰ ਤਾਂ ਵੀ ਲੈ ਕੇ ਤੁਰ ਪਏ ਇਹਨਾਂ ਨੂੰ ਫਿਰ ਜਦੋਂ ਪਤਾ ਕੱਲ ਅਸੀਂ ਤੁਰਪੇ ਸੀਗੇ ਆਪਾਂ ਫਰੀਦਕੋਟ ਤੋਂ ਸਾਡੇ ਸਾਰੇ ਨਾਲ ਮਿੱਤਰ ਸੀਗੇ। ਅੱਛਾ ਜੀ। ਲੱਭਦੇ ਰਹੇ ਕਿਉਂਕਿ ਜਿਹਨਾਂ ਦਾ ਬੱਚਾ ਗਿਆ ਹੋਵੇ ਕਿੱਥੇ ਟਿਕਾ ਆਉਂਦਾ, ਸਾਰੀ ਰਾਤ ਦੇ ਲੱਭਦੇ ਰਹੇ। ਪਰ ਜਦੋਂ ਸਵੇਰੇ ਫਿਰ ਸਾਡੀ ਵਿਸ਼ਾਲ ਟੀਮ ਮੈਂਬਰ ਜਦੋਂ ਇਹ ਸਹੀ ਹੋਇਆ, ਨੀਂਦ ਪੂਰੀ ਹੋਈ, ਰੋਟੀ ਪਾਣੀ ਖਾ ਕੇ ਫਿਰ ਆਪਣਾ ਨੰਬਰ ਬੋਲਿਆ, ਤੇ ਫਿਰ ਜਾ ਕੇ ਇਹਨੇ ਉਹ ਟੀਮ ਜਿਹੜਾ ਨੰਬਰ ਉਹ ਸਹੀ ਜਾ ਕੇ ਰਾਜਾ ਕਿਹਨੇ ਚੱਕਿਆ ਪਹਿਲਾਂ ਹੁਣ ਤੁਹਾਡਾ ਨੰਬਰ ਬੋਲਿਆ ਜੀ, ਮਾਤਾ ਦਾ ਨੰਬਰ ਨੂੰ ਜਾ ਕੇ ਮਾਂ ਉਹਦੀ ਨੂੰ ਲੱਗਾ, ਤੇ ਫਿਰ ਉਹ ਅੱਜ ਇੱਥੇ ਪਹੁੰਚਿਆ ਲੈਣ ਦੇ ਲਈ। ਤੇ ਧੰਨਵਾਦ ਸਾਰੀ ਸੰਗਤ ਦਾ ਜਿਹੜੇ ਏਦਾਂ ਦੇਖ ਕੇ ਕੋਈ ਲੈ ਤਾਂ ਆਏ ਨਾ ਉਹ ਵੀਰਾਂ ਦਾ, ਮੈਂ ਉਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਹੈ ਜਿਹੜੇ ਵੀਰ ਖੜੇ ਹੋ ਕੇ ਉਹਨੂੰ ਲੈ ਕੇ ਜਿਹੜਾ ਇੱਥੇ ਪਹੁੰਚਿਆ। ਵਿੱਕੀ ਅਰਗੋਵਾਲ ਦੇ ਨਾਲ ਦੇ ਸੀ ਵੀਰ, ਉਹ ਵਿੱਕੀ ਦਾ ਫੋਨ ਆਇਆ ਮੈਨੂੰ ਵੀਰ ਦਾ, ਤੇ ਉਹਦੇ ਨਾਲ ਦੇ ਵੀਰ ਸੀਗੇ, ਤੇ ਉਹਨਾਂ ਨੇ ਜਿਹੜਾ ਟਾਈਮ ਰਹਿੰਦੇ ਇੱਥੇ ਤੱਕ ਪਹੁੰਚਾ ਤਾ। ਨਹੀਂ ਤਾਂ ਅਸੀਂ ਦੇਖਦੇ ਹਾਂ ਕੋਈ ਵੀਹ ਵੀਹ ਪੱਚੀ ਪੱਚੀ ਸਾਲ ਬਾਅਦ ਜਿਵੇਂ ਅਸੀਂ ਛਡਾਉਂਦੇ ਹਾਂ, ਕੋਈ ਬਾੜਿਆਂ ਚ ਛਡਾਉਂਦੇ ਹਾਂ, ਕੋਈ ਕਿਤੇ ਬੰਧੂਆ ਮਜ਼ਦੂਰ ਬਣਾ ਬਣਾ ਕੰਮ ਹੀ ਕਰਾਈ ਜਾਂਦੇ ਆ। ਇਹ ਉਹ ਕੇਸ ਲੱਗਦਾ ਸੀ ਜਿਵੇਂ ਇਹਨੂੰ ਬਰਗਲਾ ਕੇ ਉੱਥੋਂ ਸਟੇਸ਼ਨ ਦੇ ਉੱਪਰੋਂ ਕਿਤੇ ਲਿਜਾ ਕੇ ਛੱਡਣਾ ਹੀ ਸੀਗਾ, ਤੇ ਉਹ ਗੁਰੂ ਸਾਹਿਬ ਨੇ ਕਿਰਪਾ ਕਰ ਦਿੱਤੀ ਜਿਹੜਾ ਇੱਕ ਸਟੇਸ਼ਨ ਤੋਂ ਬਾਹਰ ਆ ਗਿਆ, ਜਾਂ ਉਹਦਾ ਕਿਤੇ ਕੋਈ ਟਾਈਮ ਨਹੀਂ ਰਲੇਗਾ, ਸਟੇਸ਼ਨ ਤੋਂ ਬਾਹਰ ਆ ਗਿਆ, ਫਿਰ ਬਾਹਰ ਆਉਂਦੇ ਆਉਂਦੇ ਫਿਰ ਉਹ ਵੀਰਾਂ ਨੂੰ ਮਿਲ ਗਿਆ, ਵੀਰ ਸਾਡੇ ਤੱਕ ਪਹੁੰਚਦਾ ਕੀਤਾ। ਸਾਡਾ ਹੈਲਪਲਾਈਨ ਨੰਬਰ 9472768095। ਕਿਤੇ ਵੀ ਕੋਈ ਇਹੋ ਜਿਹਾ ਵੀਰ ਹੋਵੇ ਸਾਡੇ ਨਾਲ ਜ਼ਰੂਰ ਸੰਪਰਕ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।